ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਗੱਲਬਾਤ ਕਰਦੇ ਆ 11 ਅਗਸਤ ਦਿਨ ਬੁੱਧਵਾਰ ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ ਦੀ ਖਬਰਾਂ ਨੂੰ ਪੂਰੀ ਅੰਤ ਤੱਕ ਦੇਖ ਲਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੇ ਤੇ ਵੱਡੀ ਖਬਰ ਮਿਸ ਨਾ ਹੋਵੇ ਖਬਰਾਂ ਨੂੰ ਬਾਤ ਤੋਂ ਬਾਅਦ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਪਹਿਲੀ ਖਬਰ ਆ ਰਹੀ ਹੈ ਜੀ ਕਿ ਸਰਕਾਰ ਨੇ ਡੀਏ ਦੇ ਬਕਾਏ ਦੀ ਅਦਾਇਗੀ ਤੇ ਖੋਲੇ ਪੱਤੇ ਕਰਮਚਾਰੀਆਂ ਨੂੰ ਲੱਗਾ ਵੱਡਾ ਝਟਕਾ ਕੇਂਦਰੀ ਕਰਮਚਾਰੀ ਲੰਬੇ ਸਮੇਂ ਤੋਂ ਆਪਣੇ ਬਕਾਇਆ ਡੀਅਰੀ ਉਡੀਕਾ ਕਰ ਰਹੇ ਹਨ ਪਰ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਕਿ ਇਹਨਾਂ ਸਰਕਾਰ ਨੇ ਡੀਏ ਦੇ ਬਕਾਏ ਦੇਣ ਜਾਂ ਨਾ ਦੇਣ ਬਾਰੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਦਰਸਲ ਰਾਜ ਸਭਾ ਦੇ ਵਿੱਚ ਇੱਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿ ਇਹਨਾਂ ਸਰਕਾਰ ਨੇ ਕਿਹਾ ਹੈ ਕਿ ਡੇਢ ਸਾਲ ਦੀ ਮਿਆਦ ਦੇ ਲਈ ਕੋਈ ਬਕਾਇਆ ਭੁਗਤਾਨ ਕਰਨ ਦਾ ਕੋਈ ਵਿਚਾਰ ਨਹੀਂ ਹੈ ਜਾਨੀ ਕਿ ਕੇਂਦਰੀ ਕਰਮਚਾਰੀਆਂ ਨੂੰ ਜਨਵਰੀ 2020 ਤੋਂ ਜੂਨ 30 2021 ਤੱਕ ਦੇ ਬਕਾਇਆ ਦਾ ਭੁਗਤਾਨ ਨਹੀਂ ਮਿਲੇਗਾ ਤੇ ਸਰਕਾਰ ਨੇ ਇਸ ਬੈਣ ਦੇ ਕਾਰਨ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਕਰੋਨਾ ਦੇ ਵਾਧੇ ਦੇ ਮਾਮਲੇ ਦੇ ਮੱਦੇਨਜ਼ਰ ਐਸ ਸੂਬੇ ਦੇ ਵਿੱਚ 22 ਅਗਸਤ ਤੱਕ ਸਕੂਲ ਬੰਦ। ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ ਮੰਗਲਵਾਰ ਨੂੰ ਮੁੱਖ ਮੰਤਰੀ ਜੈਰਾਮ ਠਾਕਰ ਦੀ ਪ੍ਰਧਾਨਗੀ ਦੇ ਵਿੱਚ ਅਯੋਜਿਤ ਕੀਤੀ ਗਈ ਤੇ ਬੈਠਕ ਦੇ ਵਿੱਚ ਕਰੋਨਾ ਵਾਇਸ ਦੀ ਰੋਕਥਾਮ ਦੇ ਲਈ ਕਈ ਵੱਡੇ ਫੈਸਲੇ ਲਏ ਗਏ ਹਨ। ਕੈਬਨਟ ਨੇ ਪ੍ਰਦੇਸ਼ ਦੇ ਵਿੱਚ 11 ਤੋਂ ਲੈ ਕੇ 22 ਅਗਸਤ ਤੱਕ ਸਕੂਲਾਂ ਨੂ ਵਿਦਿਆਰਥੀਆਂ ਦੇ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਅਧਿਆਪਕ ਰੈਗੂਲਰ ਤੌਰ ਤੇ ਸਕੂਲ ਆਉਣਗੇ ਦੱਸਦੀ ਹੈ ਕਿ 2 ਅਗਸਤ ਤੋਂ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਸੀ ਪਰ ਬਾਅਦ ਦੇ ਮਾਮਲਿਆਂ ਦੇ ਮੱਦੇਨਜ਼ਰ ਮੜ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਗਲੀ ਖਬਰ ਆ ਰਹੀ ਹੈ ਜੀ ਅੱਜ ਪੀਐਮ ਮੋਦੀ ਨੂੰ ਮਿਲਣਗੇ ਕੈਪਟਨ ਅਮਰਿੰਦਰ ਕਿਸਾਨਾਂ ਦੇ ਮੁੱਦੇ ਤੇ ਹੋ ਸਕਦੀ ਹੈ ਵਿਸ਼ੇਸ਼ ਚਰਚਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅੱਜ ਕਿਸਾਨਾਂ ਦੀ ਕਾਰਗੁਜ਼ਾਰੀ ਦੇ ਮੱਦੇ ਦੇ ਨਜ਼ਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦੇਵਾਂ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਦੌਰਾਨ ਉਹਨਾਂ ਨੇ ਅਮਿਤ ਸ਼ਾਹ ਨੂੰ ਕਿਸਾਨਾਂ ਦੇ ਵਿਰੋਧ ਦੇ ਮੁੱਦੇ 'ਤੇ ਦਖਲ ਦੇਣ ਦੀ ਬੇਨਤੀ ਕੀਤੀ ਅਤੇ ਇਸ ਦੇ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਨਾਲ ਮੁਲਾਕਾਤ ਦੇ ਦੌਰਾਨ ਅਮਰਿੰਦਰ ਸਿੰਘ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਬੇਨਤੀ ਕਰ ਸਕਦੇ ਹਨ ਅਗਲੀ ਖਬਰ ਆ ਰਹੀ ਹੈ ਜੀ ਸੀਬੀਐਸਸੀ ਐਗਜ਼ਾਮ 25 ਤੋਂ ਸ਼ੁਰੂ ਹੋਣਗੇ ਕਪਾਰਟਮੈਂਟ ਦੇ ਸੁਧਾਰ ਪ੍ਰੀਖਿਆਵਾਂ ਸੀਬੀਐਸਸੀ ਨੇ ਕੀਤਾ ਵੱਡਾ ਐਲਾਨ ਸੈਂਟਰਲ ਬੋਰਡ ਆਫ ਸੀਨੀਅਰ ਐਜੂਕੇਸ਼ਨ ਜਾਨਕੀ ਸੀਬੀਐਸਸੀ ਨੇ ਮੰਗਲਵਾਰ ਨੂੰ 10ਵੀਂ ਅਤੇ 12ਵੀਂ ਦੀ ਕਪਾਰਟਮੈਂਟ ਦੇ ਸੁਧਾਰ ਪ੍ਰੀਖਿਆਵਾਂ ਮੰਗਾਂ ਤਰੀਕਾ ਜਾਰੀ ਕਰ ਦਿੱਤਾ ਹਨ ਤੇ ਪ੍ਰੀਖਿਆਵਾਂ 25 ਅਗਸਤ ਤੋਂ ਲੈ ਕੇ 15 ਸਤੰਬਰ ਤੱਕ ਹੋਣਗੀਆਂ ਸੀਬੀਐਸਸੀ ਨੇ ਅਧਿਕਾਰੀਆਂ ਨੇ ਪ੍ਰੀਖਿਆਵਾਂ ਦੇ ਤਰੀਕਾ ਜਾਰੀ ਕਰਦੇ ਹੋਏ ਕਿਹਾ ਕਿ ਜਿਹੜੇ ਵਿਦਿਆਰਥੀ ਬੋਰਡ ਨਤੀਜੇ ਵਿੱਚ ਘੱਟ ਨੰਬਰ ਤੋਂ ਨਾਰਾਜ਼ ਹਨ ਜਾਂ ਜਿਨ੍ਹਾਂ ਮੁਦੇਆਰਥਗਾਰਿਕ ਅਪਾਰਟਮੈਂਟ ਆਈਓ 25 ਅਗਸਤ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਲਈ 11 ਤੋਂ 15 ਅਗਸਤ ਤੱਕ ਫਾਰਮ ਭਰ ਸਕਦੇ ਹਨ ਤੇ ਬੋਰਡ ਦੇ ਵੱਲੋਂ ਜਾਰੀ ਤਰੀਕਿਆਂ ਦੇ ਮੁਤਾਬਕ 10ਵੀਂ ਕਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋ ਕੇ 8 ਸਤੰਬਰ ਤੱਕ ਚੱਲੇਗੀ ਤੇ 12ਵੀਂ ਦੀ ਕਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚੱਲੇਗੀ। ਅਗਲੀ ਖਬਰ ਆ ਰਹੀ ਹੈ ਜੀ ਦਿੱਲੀ ਦੀ ਭਾਜਪਾ ਸਰਕਾਰ ਨੇ ਬਣਾਈ ਹੈ ਇੱਕ ਹੋਰ ਨਵੀਂ ਯੋਜਨਾ ਇੰਜ ਕਰੇਗੀ ਕਿ ਕਿਸਾਨਾਂ ਦੀ ਨਾਰਾਜ਼ਗੀ ਦੂਰ 222 ਦੀਆਂ ਚੋਣਾਂ ਦੇ ਮੱਦੇਨਜ਼ਰ ਭਾਇਪਾ ਦਾ ਧਿਆਨ ਕਿਸਾਨਾਂ ਤੇ ਹੈ ਅਹਿਲ ਹੀ ਭਾਇਪਾ 16 ਅਗਸਤ ਤੋਂ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਤੇ ਇਸ ਮੁਹਿੰਮ ਦੀ ਜ਼ਿੰਮੇਵਾਰੀ ਮਿਲੀ ਹੈ ਭਾਇਪਾ ਕਿਸਾਨ ਮੋਰਚੇ ਦੇ ਪ੍ਰਧਾਨ ਕਮੇਸ਼ਵਰ ਸਿੰਘ ਨੂੰ ਤੇ ਮੁਹਿੰਮ ਦੇ ਦੌਰਾਨ ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਉਹਨਾਂ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਦੇ ਕੰਮ ਦੱਸੇ ਜਾਣਗੇ ਤਾਂ ਦੂਜੇ ਪਾਸੇ ਖੇਤੀਬਾੜੀ ਬਿੱਲ ਦੇ ਫਾਇਦੇ ਤੇ ਕਿਸਾਨਾਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਸੁਣ ਹੱਲ ਕਰਨ ਦਾ ਰਸਤਾ ਵੀ ਕੱਢਿਆ ਜਾਵੇਗਾ ਤੇ ਇਨਾ ਹੀ ਨਹੀਂ ਕਿਸਾਨ ਮੋਰਚੇ ਛੇਤੀ ਹੀ ਗੰਨੇ ਦਾ ਮੁੱਲ ਕਰੋਨਾ ਕਾਲ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਟਿਊਬਲ ਦੇ ਬੈਲ ਵਿੱਚ ਰਾਹਤ ਦੇਣ ਦਾ ਵੀ ਪ੍ਰਸਤਾਵ ਦੇਣ ਦੀ ਤਿਆਰੀ ਦੇ ਵਿੱਚ ਹੈ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤੇ ਵਿੱਚ ਸਿੱਧਾ ਪਾਉਣ ਤੋਂ ਕੀਤਾ ਇਨਕਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਬਿਜਲੀ ਸਬਸਿਡੀ ਦੀ ਰਕਮ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਨ ਦੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਹ ਬਿਜਲੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਵੇਗੀ ਤੇ ਸੂਬੇ ਦੇ ਕਿਸਾਨਾਂ ਨੂੰ ਪਹਿਲੇ ਹੀ ਇਸ ਤਰ੍ਹਾਂ ਮੁਫਤ ਬਿਜਲੀ ਮੁਹੱਈਆ ਕਰਵਾਈਂ ਜਾਰੀ ਰਹੇਗੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿੰਨ ਸਰਕਾਰ ਦੇ ਵੱਲੋਂ ਬਾਧੂ ਕਾਰਜੇ ਲੈਣ ਦੇ ਲਈ ਲਗਾਈ ਗਈ ਸ਼ਰਤ ਨੂੰ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੀ ਰਕਮ ਸਿੱਧੀ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਮੰਨਿਆ ਜਾ ਸਕਦਾ ਤੇ ਉਹਨਾਂ ਨੇ ਕਿਹਾ ਕਿ ਕਿੰਨ ਸਰਕਾਰ ਨੇ ਪਿਛਲੇ ਸਾਲ ਕੁੱਲ ਘਰੇਲੂ ਉਤਪਾਦ ਦੇ 3% ਦੇ ਕਰਜ਼ਾ ਹੱਦ ਨੂੰ ਵਧਾ ਕੇ 5% ਕਰ ਦਿੱਤਾ ਹੈ ਪਰ ਇਹਦੇ ਨਾਲ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਸਨ ਹਰ ਇੱਕ ਸ਼ਰਤ ਦੇ ਨਾਲ ਕੁਝ ਪੁਆਇੰਟ ਰੱਖੇ ਗਏ ਸਨ ਤੇ ਇਨ੍ਹਾਂ ਅੰਕਾਂ ਦੇ ਆਧਾਰ ਤੇ ਵਾਧੂ ਲੋਨ ਦਿੱਤਾ ਜਾਵੇਗਾ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ਦੇ 21 ਬੱਚੇ ਆਏ ਕਰੋਨਾ ਦੀ ਲਪੇਟ ਵਿੱਚ ਸਿਹਤ ਵਿਭਾਗ ਨੇ ਸਕੂਲ ਬੰਦ ਕਰਨ ਦੇ ਦਿੱਤੇ ਵੱਡੇ ਆਦੇਸ਼ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਨੂੰ ਖੋਲਣਾ ਬੱਚਿਆਂ ਤੇ ਭਾਰੀ ਬੈ ਗਿਆ ਹੈ ਅੱਜ ਸ਼ਹਿਰ ਲੁਧਿਆਣਾ ਦੇ ਦੋ ਸਕੂਲਾਂ ਦੇ ਵਿੱਚ 21 ਬੱਚੇ ਕਰੋਨਾ ਵਾਇਰਸ ਦੇ ਲਪੇਟ ਵਿੱਚ ਸਾਹਮਣੇ ਆ ਚੁੱਕੇ ਹਨ ਜੋ ਕਿ ਕਰੋਨਾ ਦੀ ਤੀਜੀ ਲਹਿਰ ਦੇ ਆਉਣ ਦੇ ਸੰਕੇਤ ਹਨ ਸਿਹਤ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਨਿਊ ਸੁਭਾਸਨਗਰ ਅਤੇ ਕੈਲਾਸ਼ ਨਗਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 21 ਬੱਚੇ ਕਰੋਨਾ ਦੇ ਲਪੇਟ ਵਿੱਚ ਆ ਚੁੱਕੇ ਹਨ ਤੇ ਜਾਣਕਾਰੀ ਦਿੰਦੇ ਹੋਏ ਸਿਹਤ ਅਧਿਕਾਰੀ ਨੇ ਦੱਸਿਆ ਹੈ ਕਿ ਕੈਲਾਸ਼ ਨਗਰ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ 13 ਬੱਚਿਆਂ ਦੀ ਕਰੋਨਾ ਦੇ ਲਪੇਟ ਵਿੱਚ ਪਹੁੰਚ ਚੁੱਕੇ ਹਨ ਜਦ ਕਿ ਸੁਭਾਸਨਗਰ ਦੇ 8 ਬੱਚੇ ਕਰੋਨਾ ਇਲਪੇਟ ਵਿੱਚ ਆ ਚੁੱਕੇ ਹਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਦੋਵੇਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੇ ਰੈਪਿਡ ਟੈਸਟ ਕੀਤੇ ਸਨ ਤੇ 41 ਟੈਸਟਾਂ ਵਿੱਚੋਂ 21 ਬੱਚੇ ਕਰੋਨਾ ਇਲਪੇਟ ਵਿੱਚ ਆ ਚੁੱਕੇ ਹਨ ਜਿਸ ਦੇ ਕਾਰਨ ਸਕੂਲਾਂ ਨੂੰ ਹੁਣ ਬੰਦ ਕਰਨ ਦਾ ਫੈਸਲਾ ਸਿਹਤ ਵਿਭਾਗ ਦੇ ਵੱਲੋਂ ਇਹਨਾਂ ਦੋ ਸਕੂਲਾਂ ਨੂੰ ਕੀਤਾ ਗਿਆ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪਟਵਾਰੀ ਤੇ ਜ਼ਿਲ੍ਹੇਦਾਰਾ ਸਾਮੀਆਂ ਦੇ ਲਈ ਅਨਸਰ ਕੀ ਜਾਰੀ 8 ਅਗਸਤ ਨੂੰ ਹੋਈ ਸੀ ਪ੍ਰੀਖਿਆ। ਜੀ ਆਹ ਦੋਸਤੋ ਪੰਜਾਬ ਸਬ ਆਰਡੀਨੇਟ ਸਰਵੇਸ ਸਰਵੇਸ ਸਿਲੈਕਸ਼ਨ ਬੋਰਡ ਅਤੇ ਪਟਵਾਰੀ ਤੇ ਜ਼ਿਲ੍ਹਾਦਾਰ ਅਸਾਮੀਆਂ ਦੇ ਲਈ ਕਰਵਾਈ ਗਈ ਪ੍ਰੀਖਿਆ ਦੇ ਲਈ ਆਨਸਰ ਕੀ ਜਾਰੀ ਕਰ ਦਿੱਤੀ ਹੈ 1152 ਅਸਾਮੀਆਂ ਦੀ ਭਰਤੀ ਲਈ ਲਈ ਹੋਈ ਪ੍ਰੀਖਿਆ ਦੀ ਆਨਸਰ ਕੀ ਅਧਿਕਾਰਤ ਵੈਬਸਾਈਟ ट्रिपल एस ਬੀ ਡਾਟ ਪੰਜਾਬ ਡਾਟ ਜੀਓਬ ਡਾਟ ਇਨ ਤੇ ਜਾਰੀ ਕੀਤੀ ਗਿਆ ਤੇ ਅਜਿਹੇ ਵਿੱਚ ਜੋ ਵੀ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ ਉਹ ਅਧਿਕਾਰਤ ਵੈਬਸਾਈਟ ਤੇ ਜਾ ਕੇ ਲੌਗਨ ਕਰਕੇ ਆਪਣਾ ਸਕੋਰ ਚੈੱਕ ਕਰ ਸਕਦੇ ਹਨ ਤੇ ਪੀਐਸਐਸਬੀ ਦੇ 8 ਅਗਸਤ 2021 ਨੂੰ ਪਟਵਾਰੀ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਦੇ ਲਈ ਪ੍ਰੀਖਿਆ ਕਰਵਾਈ ਗਈ ਸੀ। ਅਗਲੀ ਖਬਰ ਆ ਰਹੀ ਹੈ ਜੀ ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਦੇ ਉੱਤੇ ਪਾਬੰਦੀ ਵਧਾਈ ਹੋਰ ਕਿਹੜੇ ਦੇਸ਼ ਜਾ ਸਕਦੇ ਹੋ। ਜੀहां ਦੋਸਤੋ ਕੈਨੇਡਾ ਸਰਕਾਰ ਨੇ ਮਹਾਮਾਰੀ ਦੌਰਾਨ ਭਾਰਤ ਤੇ ਕੈਨੇਡਾ ਦੇ ਵਿੱਚਕਾਰ ਚੱਲਣ ਵਾਲੀਆਂ ਸਿੱਧੀਆਂ ਉਡਾਨਾਂ ਤੇ ਪਾਬੰਦੀ ਨੂੰ 21 ਸਤੰਬਰ 2021 ਤੱਕ ਵਧਾ ਦਿੱਤਾ ਹੈ ਤੇ ਕੈਨੇਡਾ ਦੇ ਟ੍ਰਾਂਸਪੋਰਟ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੇਸ਼ ਦੇ ਜਨ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਇਹ ਵੱਡਾ ਫੈਸਲਾ ਕੀਤਾ ਗਿਆ ਤੇ ਭਾਵੇਂ ਕਿ ਕਈ ਦੇਸ਼ਾਂ ਨੇ ਕੈਨੇਡਾ ਬੰਗ ਹਵਾਈ ਯਾਤਰਾ ਉੱਤੇ ਪਾਬੰਦੀ ਲਾਈ ਹੋਈ ਹੈ ਪਰ ਇੰਗਲੈਂਡ ਅਮਰੀਕਾ ਸਪੇਨ ਯੂਏਈ ਨੇ ਹੁਣ ਇਸ ਪਾਬੰਦੀ ਨੂੰ ਹਟਾ ਲਿਆ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਗੁਰਨਾਮ ਚੜੂਨੀ ਵੱਲੋਂ ਪੰਜਾਬ ਵਿੱਚ ਨਵੀਂ ਪਾਰਟੀ ਦਾ ਐਲਾਨ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਜੀਹਾਂ ਦੋਸਤੋ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਪੰਜਾਬ ਵਿੱਚ ਆਉਣ ਵਾਲੀਆਂ 222 ਚੋਣਾਂ ਦੇ ਲਈ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਤੇ ਚੜੂਨੀ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਗੁਰਨਾਮ ਸਿੰਘ ਚੜੂਨੀ ਵੱਲੋਂ ਆਪਣੀ ਪਾਰਟੀ ਦਾ ਨਾਮ ਭਾਰਤੀ ਆਰਥਿਕ ਪਾਰਟੀ ਰੱਖਿਆ ਗਿਆ ਹੈ ਤੇ ਗੁਰਨਾਮ ਸਿੰਘ ਚੂਨੇ ਕਹਿ ਕੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕੀਤੇ ਜਾਣਗੇ ਜਿਸ ਵਿੱਚ ਕਿਸਾਨ ਅਤੇ ਮਜ਼ਦੂਰ ਵਰਗ ਦਾ ਸਹਿਯੋਗ ਲਿਆ ਜਾਵੇਗਾ ਤੇ ਜਿਸ ਦੇ ਲਈ ਉਹਨਾਂ ਨੇ ਦੇਖਦੇ ਕਈ ਸੂਬਿਆਂ ਦੀਆਂ ਵਪਾਰਕ ਜਥੇਬੰਦੀਆਂ ਦੀ ਹਮਾਇਤ ਹਾਸਲ ਕਰਨ ਦਾ ਦਾਵਾ ਕੀਤਾ ਗਿਆ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੀਐਮ ਮੋਦੀ ਅੱਜ ਕਰਨਗੇ ਉਜਵਲ ਯੋਜਨਾ 2 ਲਾਂਚ। ਲਾਭਪਾਤਰੀਆਂ ਨੂੰ ਮਿਲੇਗਾ ਮੁਫਤ ਗੈਸ ਸਿਲੰਡਰ ਅਤੇ ਚੁੱਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੋਹੂਬਾਜਲੇ ਤੋਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ ਤੇ ਮੋਦੀ ਅੱਜ 12:30 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਮੋਹੂਬਾ ਵਿੱਚ ਲਾਭਪਾਤਰੀਆਂ ਨੂੰ ਐਲਪੀਜੀ ਕਨੈਕਸ਼ਨ ਸਮਪਨਗੇ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਮੋਹੋਬਾ ਦੇ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਤੇ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਲਾਭਪਾਤਰਾਂ ਦੇ ਨਾਲ ਗੱਲਬਾਤ ਕਰਨਗੇ ਤੇ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ ਮੋਦੀ ਉਜਵਲ ਜੋ ਇਹਨਾਂ ਦੇ ਦੂਜੇ ਪੜਾਅ ਦੇ 10 ਲਾਭਪਾਤਰਾਂ ਨੂੰ ਆਨਲਾਈਨ ਸਰਟੀਫਿਕੇਟ ਵੀ ਪ੍ਰਦਾਨ ਕਰਨਗੇ ਤੇ ਬੁਲਾਰਿਆਂ ਦੱਸਿਆ ਕਿ ਉਹ ਇਸ ਸਕੀਮ ਦੇ ਪਹਿਲੇ ਪੜਾਅ ਦੇ 5 ਲਾਭਪਾਤਰਾਂ ਦੇ ਨਾਲ ਆਨਲਾਈਨ ਮਾਧਿਅਮ ਰਾਹੀਂ ਗੱਲਬਾਤ ਕਰਨਗੇ ਅਗਲੀ ਵੱਡੀ ਖਬਰ ਆ ਰਹੀ ਹੈ ਜੀ OBC ਦੀ ਪਛਾਣ ਕਰਨ ਵਾਲਿਆਂ ਦਾ ਸੂਬਿਆਂ ਨੂੰ ਫਿਰ ਮਿਲੇਗਾ ਹੱਕ ਲੋਕ ਸਭਾ ਵਿੱਚ ਬਿੱਲ ਬਹੁਮਤ ਦੇ ਨਾਲ ਪਾਸ OBC ਜਾਤਾਂ ਦੀ ਪਛਾਣ ਕਰਨ ਅਤੇ ਸੂਚੀ ਬਣਾਉਣ ਦਾ ਸੂਬਿਆਂ ਦਾ ਅਧਿਕਾਰ ਫਿਰ ਤੋਂ ਬਹਾਲ ਹੋਵੇਗਾ ਤੇ ਲੋਕ ਸਭਾ ਨੇ ਮੰਗਲਵਾਰ ਨੂੰ 127ਵੇਂ ਸੰਵਿਧਾਨ ਸੋਧ ਜਰੀਏ OBC ਦੇ ਨਾਲ ਜੁੜੇ ਇਸ ਬਿੱਲ ਨੂੰ ਭਾਰੀ ਬਹੁਮਤ ਦੇ ਨਾਲ ਪਾਸ ਕਰ ਦਿੱਤਾ ਹੈ ਬਿੱਲ ਦੇ ਪੱਖ ਵਿੱਚ 385 ਵੋਟ ਪਏ ਜਾ ਕੇ ਵਿਰੋਧ ਦੇ ਵਿੱਚ ਇੱਕ ਵੀ ਵੋਟ ਨਹੀਂ ਪਿਆ ਹਾਲਾਂਕਿ ਇਸ ਸਰਬਸੰਮਤੀ ਦੇ ਬਾਵਜੂਦ ਚਰਚਾ ਦੇ ਦੌਰਾਨ ਰਾਜਨੀਤੀ ਖੂਬ ਹੋਈ ਅਤੇ ਪੱਖ ਦੇ ਵਿਰੋਧ ਵੱਲੋਂ ਇਹ ਪ੍ਰਗਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਦੂਜੀ ਧਿਰ ਨੇ OBC ਦੀ ਚਿੰਤਾ ਨਹੀਂ ਕੀਤੀ ਸੰਵਿਧਾਨ ਸੋਧ ਬਿੱਲ ਨੂੰ ਬੁੱਧਵਾਰ ਨੂੰ ਰਾਜ ਸਭਾ ਤੋਂ ਵੀ ਪਾਸ ਕਰਵਾਉਣ ਦੀ ਤਿਆਰੀ ਹੈ ਸੋ ਸਰੋਤੇ ਵੀਡੀਓ ਵੀਡੀਓ ਨੂੰ ਬਾਅਦ ਤੋਂ ਬਾਅਦ ਫੇਸਬੁੱਕ WhatsApp ਗਰੁੱਪਾਂ ਵਿੱਚ ਸ਼ੇਅਰ ਲਾਜ਼ਮੀ ਕਰ ਦਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ